ਰਾਜਾ ਸੁਪਰ ਸੀਡਰ ਚੁਕਰੇ ਚੋਨੇ ਦੇ ਵੜ ਚ ਕਣਕ ਦੀ ਸਿੱਧੀ ਬਿਜਾਈ ਨਾ ਕਣਕ ਦੀ ਸਿੱਧੀ ਬਿਜਾਈ ਵਾਸਤੇ ਤਾਂ ਦੱਸਤੀ ਰਾਜਾ ਸੁਪਰ ਸੀਡਰ ਜੇ ਕਿਸੇ ਨੇ ਆਲੂ ਉਲੂ ਬੀਜਣੇ ਹੋਣ ਫਿਰ ਝੋਨੇ ਦੇ ਖਰਚਿਆਂ ਦਾ ਦੱਸ ਕੀ ਕਰੂੰ ਦੱਸ ਮੈਨੂੰ ਇਹਦਾ ਹੱਲ ਵੀ ਅਵਤਾਰ ਕਲਸੀ ਤਲਵੰਡੀ ਭਾਈ ਵਾਲਿਆਂ ਕੋਲ ਹੈ ਰਾਜਾ ਚੌਪਰ ਪਰਾਲੀ ਤੇ ਖਰਚਿਆਂ ਨੂੰ ਕਰੇ ਤੂੜੀ ਵਾਂਗ ਬਰੀਕ ਚੌਪਰ ਦਾ ਤਾਂ ਕਿਸਾਨਾਂ ਨੂੰ ਡਬਲ ਫਾਇਦਾ ਹੈ ਉਹ ਕਿਵੇਂ ਕਣਕ ਵੱਢਣ ਤੋਂ ਬਾਅਦ ਅਸੀਂ ਇਹਦੇ ਨਾਲ ਤੂੜੀ ਬਣਾ ਸਕਦੇ ਹਾਂ ਰੀਪਰ ਬਣਾ ਕੇ ਵੀ ਚਲਾ ਸਕਦੇ ਹਾਂ ਜੀ ਹਾਂ ਵੰਡਰਫੁਲ ਪ੍ਰੋਡਕਟ ਰਾਜਾ ਚੌਪਰ ਅਵਤਾਰ ਕਲਸੀ ਦੀ ਟੀਮ ਨੇ ਇਸ ਨੂੰ ਬਹੁਤ ਹੀ ਸਖਤ ਮਿਹਨਤ ਨਾਲ ਬਣਾ ਕੇ ਪਰਖ ਕੇ ਤਿਆਰ ਕੀਤਾ ਹੈ ਅਤੇ ਭਾਰਤ ਸਰਕਾਰ ਦੁਆਰਾ ਕੀਤਾ ਪ੍ਰਮਾਣਿਤ ਕਿਸਾਨ ਭਰਾਵੋ ਝੋਨੇ ਦੇ ਵੜ ਚ ਰਾਜਾ ਚੌਪਰ ਚਲਾਈਏ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਈਏ ਰਾਜਾ ਚੌਪਰ ਮੋਗਾ ਲਿੰਕ ਰੋਡ ਤਲਵੰਡੀ ਭਾਈ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਵਕਤ ਤੁਸੀਂ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਦੇ ਨਾਲ ਜੁੜੇ ਹੋਏ ਦਿਨ ਹੈ ਸੋਮਵਾਰ ਅਤੇ ਤਰੀਕ ਹੈ ਜੀ 16 ਨਵੰਬਰ ਸੋ ਵਾਸ਼ਿੰਗਟਨ ਫਰੇਟ ਸਰਵਿਸ ਨੂੰ ਓਨਰ ਆਪਰੇਟਰ ਅਤੇ ਡਰਾਈਵਰ ਚਾਹੀਦੇ ਨੇ ਇਹ ਤੁਹਾਨੂੰ ਸੈਟਲ ਏਰੀਏ ਦੇ ਵਿੱਚ ਲੋਕਲ ਕੰਮ ਦਿੰਦੇ ਨੇ ਸੁਬਹਾ ਜਾਓ ਸ਼ਾਮ ਨੂੰ ਘਰੇ ਸ਼ਾਮ ਨੂੰ ਜਾਓ ਸੁਬਹਾ ਘਰੇ ਡਿਸਪੈਚ ਪੰਜਾਬੀ ਅਤੇ ਇੰਗਲਿਸ਼ 'ਚ ਕੀਤਾ ਜਾਂਦਾ ਗੁਰਵਿੰਦਰ ਧਾਲੀਵਾਲ ਹੋਰਾਂ ਨਾਲ 206-354-4060 'ਤੇ ਕਾਲ ਕਰ ਸਕਦੇ ਹੋ ਜਾਂ ਫਿਰ ਜਗਦੇਵ ਸੰਧੂ ਹੋਰਾਂ ਨਾਲ 253-266-6924 253-266-6924 'ਤੇ ਹੁਣ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਬਹੁਤ ਵੱਡਾ ਇੱਕ ਮਸਲਾ ਖੜ੍ਹਾ ਹੋ ਗਿਆ ਅੱਜ ਅਸੀਂ ਰਾਜਸਥਾਨ ਦੇ ਬਾਰਡਰ 'ਤੇ ਗਏ ਕੰਦੂਖੇੜੇ ਪਿੰਡ ਦੇ ਨਾਲ ਉੱਥੇ ਰਾਜਸਥਾਨ ਦੇ ਵੀ ਕੁਛ ਲੋਕ ਆਏ ਉਹਨਾਂ ਨੇ ਬੜੀ ਹੈਰਾਨੀ ਦੀ ਗੱਲ ਕਹੀ ਕਹਿੰਦੇ ਜੀ ਦੇਖੋ ਨਰਮਾ ਤਾਂ ਸਾਡੇ ਚੰਗਾ ਹੁੰਦਾ ਕਣਕ ਦੀ ਗੱਲ ਚੱਲੀ ਐੱਮ ਐੱਸ ਪੀ ਦੀ 1482 ਕਣਕ ਜਦੋਂ ਹੁੰਦੀ ਸੀ ਉਦੋਂ ਭਾਅ ਚੰਗਾ ਮਿਲ ਜਾਂਦਾ ਸੀ ਹੁਣ ਉਹੀ ਆਮ ਕਣਕਾਂ ਬੀਜਣ ਲੱਗ ਪਏ ਤਾਂ ਉਹਨਾਂ ਤੋਂ ਭਾਅ ਪੁੱਛਿਆ ਕੀ ਭਾਅ ਵਿਕਦੀ ਐੱਮ ਐੱਸ ਪੀ ਹੈਗੀ ਕਹਿੰਦੇ ਜੀ ਐੱਮ ਐੱਸ ਪੀ ਸਾਡੀ ਕਣਕ ਤਾਂ ਕਹਿੰਦੇ 1600 ਵਿਕਦੀ ਹੈ ਸ਼ੁਕਰ ਕਰੋ ਅਸੀਂ ਬਾਰਡਰ 'ਤੇ ਬੈਠੇ ਹਾਂ ਕੰਦੂਖੇੜੇ ਦੇ ਕੁਝ ਕਿਸਾਨਾਂ ਨਾਲ ਸਾਂਝ ਹੈ ਕਿਸੇ ਦੇ ਨਾਂ 'ਤੇ ਅਸੀਂ ਕਣਕ ਬੀਜ ਦਿੰਦੇ ਹਾਂ ਤਾਂ ਸਾਨੂੰ ਐੱਮ ਐੱਸ ਪੀ ਮਿਲ ਜਾਂਦੀ ਆ ਬਾਕੀ ਹੁਣ ਝੋਨੇ ਦੀ ਗੱਲ ਆ ਗਈ ਝੋਨਾ ਦੀ ਕੁਆਲਿਟੀ ਕੀ ਅਸੀਂ ਐਕਸਪੋਰਟ ਕੁਆਲਿਟੀ ਰਾਈਸ ਪੈਦਾ ਕਰ ਰਹੇ ਹਾਂ ਕੀ ਅਸੀਂ ਇਜ਼ਰਾਈਲ ਜਿਹੜਾ ਹੈਗਾ ਉਹਨੇ ਐਗਰੀਕਲਚਰ ਨੂੰ ਐਜ਼ ਇੰਡਸਟਰੀ ਦੇ ਤੌਰ ਦੇ ਉੱਤੇ ਡਿਵੈਲਪ ਕੀਤਾ ਹੈ ਤਾਂ ਕਹਿ ਦਈਏ ਕਿ ਉਹਦੀ ਅੱਧ ਤੋਂ ਵੱਧ ਜਿਹੜੀ ਧਰਤੀ ਹੈ ਉਹ ਆਪਣੇ ਮਾਰੂਥਲ ਸੀ ਕਲਾਈਮੇਟ ਬਹੁਤ ਮਾੜਾ ਸੀ ਪਾਣੀ ਦੀ ਬੇਤਾਸ਼ਾ ਕਮੀ ਸੀ ਅਤੇ ਜਿਹੜਾ ਪਾਣੀ ਸੀ ਉਹ ਖੇਤੀਬਾੜੀ ਦੇ ਲਈ ਸਹਿਯੋਗੀ ਨਹੀਂ ਸੀ ਸਿਰਫ 20% ਜਿਹੜੀ ਸੀਗੀ ਉਹ ਕੁਦਰਤੀ ਤੌਰ ਦੇ ਉੱਤੇ ਉਸਦਾ ਜਿਹੜਾ ਆਪਾਸ਼ੀ ਹੋ ਸਕਦੀ ਸੀ ਜਾਂ ਜਿਹਨੂੰ ਆਪੇ ਆਖੀਏ ਇਰੀਗੇਸ਼ਨ ਹੋ ਸਕਦੀ ਸੀ ਸਿੰਚਾਈ ਹੋ ਸਕਦੀ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਇਜ਼ਰਾਈਲ ਨੇ ਜਿਹਨੂੰ ਆਪਾਂ ਇਜ਼ਰਾਈਲ ਵੀ ਕਹਿ ਦਿੰਦੇ ਹਾਂ ਜੋ ਮੱਲਾਂ ਮਾਰੀਆਂ ਨੇ ਖੇਤੀ 'ਚ ਕੀ ਉਹ ਇਜ਼ਰਾਈਲ ਦਾ ਮਾਡਲ ਪੰਜਾਬ ਦੇ ਉੱਤੇ ਲਾਗੂ ਹੋ ਸਕਦਾ ਸੋ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਭੈਣ ਜੀ ਡਾਕਟਰ ਹਰਸ਼ਿੰਦਰ ਕੌਰ ਜੀ ਨੇ ਡਾਕਟਰ ਨੇ ਪਰ ਸਮਾਜ ਨਾਲ ਜੁੜੇ ਨੇ ਇੱਧਰ ਉੱਧਰ ਬਹੁਤ ਕੁਛ ਪੜ੍ਹਦੇ ਨੇ ਧਿਆਨ ਰੱਖਦੇ ਨੇ ਸਤਿ ਸ਼੍ਰੀ ਅਕਾਲ ਜੀ ਭੈਣ ਜੀ ਸਤਿ ਸ਼੍ਰੀ ਅਕਾਲ ਭਾਜੀ ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ ਸਭਨਾਂ ਨੂੰ ਨਿੱਘੀ ਫਤਿਹ ਜੀ ਮੈਂ ਗੱਲ ਕਰ ਰਿਹਾ ਸੀ ਅੱਜ ਇਜ਼ਰਾਈਲ ਦੀ ਜੇ ਅੱਜ ਦੇ ਮੌਕੇ ਦੀ ਗੱਲ ਕਰੀਏ ਤਾਂ ਇਜ਼ਰਾਈਲ ਦੇ ਵਿੱਚ ਇਕਨੋਮੀ ਜਿਹੜੀ ਆ ਫਿਰ ਵੀ ਬੜੇ ਵੱਡੇ ਪੱਧਰ ਦੇ ਉੱਤੇ ਹੈ ਉੱਥੋਂ ਦੇ ਕਿਸਾਨਾਂ ਕੋਲ ਜਿਹੜੀ ਹੈ ਐਵਰੇਜ ਜ਼ਮੀਨ ਖੁੱਲ੍ਹੀ ਹੈ ਪੰਜਾਬ ਨਾਲੋਂ ਪਰ ਫਾਰਮਿੰਗ ਜਿਹੜੀ ਹੈਗੀ ਉਹਨਾਂ ਨੇ ਰਵਾਇਤੀ ਕਣਕ ਝੋਨੇ ਤੋਂ ਛੱਡ ਕੇ ਬਿਲਕੁਲ ਮੈਂ ਗੱਲ ਕੀਤੀ ਹੈ 50% ਤੋਂ ਵੱਧ ਇਲਾਕਾ ਉਹਨਾਂ ਦਾ ਜਿਹੜਾ ਮਾਰੂਥਲ ਸੀ ਕੀ ਕਿਸਾਨ ਸਾਡੇ ਬੜੇ ਇੱਥੋਂ ਪੈਸਾ ਤਾਂ ਬਹੁਤ ਖਰਚ ਕੀਤਾ ਇਜ਼ਰਾਈਲ ਨੂੰ ਵੇਖਣ ਗਏ ਆ ਡ੍ਰਿਪ ਇਰੀਗੇਸ਼ਨ ਆਈ ਉੱਥੋਂ ਸਬਸਿਡੀਆਂ ਵੀ ਦਿੱਤੀਆਂ ਸਬਸਿਡੀਆਂ ਦਾ ਤਾਂ ਪੰਜਾਬ ਦੇ ਵਿੱਚ ਇਹ ਹਾਲਾਤ ਹੈ ਬਾਜ਼ਾਰੋਂ ਲੈ ਲਓ ਤਾਂ ਸਬਸਿਡੀ ਨਾਲ ਚੀਜ਼ ਸਸਤੀ ਮਿਲ ਜਾਂਦੀ ਹੈ ਪਰ ਫਿਰ ਵੀ ਮੈਂ ਕਹਿੰਦਾ ਕਿ ਉੱਥੋਂ ਦਾ ਮਾਡਲ ਅਡੋਪਟ ਕਰਕੇ ਪੰਜਾਬ ਵੱਧ ਸਕਦਾ ਦੇਖੋ ਅਸੀਂ ਇਜ਼ਰਾਈਲ ਦਾ ਕੋਈ ਵੀ ਪਹਿਲੂ ਆਪਣੀ ਜ਼ਿੰਦਗੀ ਵਿੱਚ ਉਹਨੂੰ ਅਸੀਂ ਲੈ ਕੇ ਆ ਨਹੀਂ ਸਕੇ ਤੇ ਜੇ ਉਹਦੇ ਵੱਲ ਧਿਆਨ ਮਾਰੀਏ ਮੇਰਾ ਖਿਆਲ ਹੈ ਅਸੀਂ ਉਸ ਤੋਂ ਵੱਧ ਜ਼ੁਲਮ ਸਹੇ ਪਰ ਗੱਲ ਇਹ ਹੈ ਕਿ ਅਸੀਂ ਆਪਣੀ ਧਰਤੀ ਨਾਲ ਪਿਆਰ ਨਹੀਂ ਕਰ ਸਕੇ ਦੇਖੋ ਈਸਾ ਮਸੀਹ ਤੋਂ 500 ਸਾਲ ਪਹਿਲਾਂ ਇਜ਼ਰਾਈਲ ਵਿੱਚੋਂ ਯਹੂਦੀਆਂ ਨੂੰ ਘੋਹ ਘੋਹ ਕੇ ਬਾਹਰ ਕੱਢ ਦਿੱਤਾ ਸੀ ਉਹਨੂੰ
ਆਪਣੀ ਰੱਬ ਦੀ ਪਵਿੱਤਰ ਧਰਤੀ ਗਿਣਿਆ ਉਹਨਾਂ ਨੇ। ਜਿਸ ਤਰੀਕੇ ਹਿਟਲਰ ਨੇ ਉਹਨਾਂ ਦਾ ਹਾਲ ਕੀਤਾ, ਮੇਰਾ ਖਿਆਲ ਹੈ ਉਹਨੂੰ ਤਾਂ ਦੁਹਰਾਉਣ ਦੀ ਲੋੜ ਹੀ ਨਹੀਂ। ਕਿੰਨੇ ਕੁ ਜ਼ੁਲਮ ਉਹਨਾਂ ਨੇ ਢਾਏ ਤੇ ਕਿਸ ਤਰ੍ਹਾਂ ਕਦੇ ਬਰਫ਼ ਦੀਆਂ ਸਿੱਲੀਆਂ ਤੇ ਕਦੇ ਪੁੱਠਾ ਟੰਗ ਕਦੇ ਉਹਨਾਂ ਦੇ ਟੋਟੇ ਕਰ ਕਰਕੇ, ਯਾਨੀ ਹਰ ਤਰ੍ਹਾਂ ਦੇ ਖੂਨ ਬਾਹਰ ਕੱਢ ਕੇ ਦੇਖਣਾ ਕਿੰਨੀ ਦੇਰ ਚ ਮੋਇਆ, ਉਹ ਬੇਅੰਤ ਜ਼ੁਲਮ ਕੀਤੇ ਗਏ, ਮਨੁੱਖੀ ਅਧਿਕਾਰਾਂ ਦਾ ਕਤਲ ਹੋਇਆ। ਫਿਰ ਉਹਨਾਂ ਦੇ ਹਾਲ ਇਹ ਸੀ ਕਿ ਤੁਸੀਂ ਸ਼ੇਕਸਪੀਅਰ ਜੇ ਦੇਖੋਗੇ, ਉਹਨੇ ਇੰਨਾ ਜ਼ਹਿਰ ਉਗਲਿਆ ਯਹੂਦੀਆਂ ਖਿਲਾਫ ਕਿ ਕੋਈ ਅੱਤੀ ਨੀ ਛੱਡੀ। ਆਖਰੀ ਹੱਲਾ ਉਹਨਾਂ ਨੇ ਬੋਲਿਆ ਵੀ ਇਹਨਾਂ ਨੂੰ ਜੜੋਂ ਹੀ ਖਤਮ ਕਰਨ ਦਾ ਇੱਕੋ ਇੱਕ ਢੰਗ, ਇਹਨਾਂ ਦੀ ਜ਼ਬਾਨ ਖੋਲੋ। ਤੇ ਉਹ ਹਿਬਰੂ ਜ਼ਬਾਨ ਉਹਨਾਂ ਦੀ ਲਗਭਗ ਮਨਾਹੀ ਹੋ ਗਈ ਸੀ, ਬੋਲਣੀ ਨਹੀਂ ਜੀ। ਉਹਨਾਂ ਦੇ ਟੱਬਰਾਂ ਦੇ ਮਨਾਂ ਵਿੱਚ ਇਹ ਵਾੜ ਦਿੱਤਾ ਕਿ ਹਿਬਰੂ ਜ਼ਬਾਨ ਵਾਲੇ ਤਾਂ ਬਹੁਤ ਅਨਪੜ੍ਹ ਗਿਣੇ ਜਾਣਗੇ, ਯਾਨੀ ਇਹ ਜ਼ਬਾਨ ਬੋਲਣੀ ਨਹੀਂ। ਸੋ ਨਤੀਜਾ ਇਹ ਹੋਇਆ ਕਿ ਪਾਪਿਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਆਪਣੇ ਬੱਚਿਆਂ ਨੂੰ, ਅੰਗਰੇਜ਼ੀ ਸਿੱਖ ਲਓ, ਹਿਬਰੂ ਨਹੀਂ ਸਿੱਖਣੀ। ਜੇ ਇਹਨੂੰ ਇੰਨ ਬਿੰਨ ਲਾਗੂ ਕਰ ਲਈਏ ਨਾ, ਸਿੰਘਾਂ ਦੇ ਉਹਨਾਂ ਦੇ ਮੁੱਲ ਵੀ ਪਏ ਜੀ। ਆਂਦਾ ਜੋ ਹਾਲ ਹੈ ਮੇਰਾ ਖਿਆਲ ਹੈ ਮੈਨੂੰ ਦੱਸਣ ਦੀ ਲੋੜ ਨਹੀਂ। ਜਦ ਅਸੀਂ ਪੰਜਾਬ ਦੇ ਅੰਦਰ ਸਕੂਲਾਂ ਵਿੱਚ ਫਾਈਨ ਲਾ ਰਹੇ ਹਾਂ ਉਹ ਜ਼ਬਾਨ ਬੋਲਣ ਤੇ, ਫਿਰ ਰਹਿ ਹੀ ਕੀ ਗਿਆ ਉਹਦੇ ਵਿੱਚ ਜੀ। ਹੁਣ ਇਹ ਸਾਰੇ ਦੇ ਵਿੱਚੋਂ ਵੀ ਇਹ ਵੇਖੋ ਕਿ ਇੰਨੇ ਸਦੀਆਂ ਤੋਂ ਇੰਨਾ ਕੋਹ ਕੋਹ ਕੇ ਨਾਰਕ ਮਾਰੇ ਜਾਣ ਬਾਅਦ ਵੀ ਉਹਨਾਂ ਨੇ ਜਾਨ ਦੀ ਬਾਜ਼ੀ ਲਾਈ ਤੇ ਸੰਨ 1948 ਵਿੱਚ ਆਜ਼ਾਦੀ ਲੈ ਕੇ ਅਖੀਰ ਯਹੂਦੀ ਵਾਪਸ ਪਹੁੰਚੇ, ਜਿਹਨੂੰ ਅੱਜ ਵੀ ਉਹ ਜੈਰੂਸਲਮ ਨੂੰ ਪਵਿੱਤਰ ਥਾਂ ਮੰਨਦੇ ਨੇ ਕਿ ਸਾਡੇ ਰੱਬ ਦੀ ਧਰਤੀ ਹੈ, ਸਾਡੀ ਧਰਤੀ, ਅਸੀਂ ਤਾਂ ਹਰ ਹਾਲ ਇੱਥੇ ਪਹੁੰਚਣਾ। ਹੁਣ ਉਹਨਾਂ ਨੇ ਪਿਆਰ ਦੀ ਗੱਲ ਵੇਖੋ ਕਿ ਉਹਦੇ ਤੁਸੀਂ ਬਿਲਕੁਲ ਨਾਲ ਜਿਹੜਾ ਤੁਹਾਨੂੰ ਪੈਲਸਟੀਨ ਦਿਖਦਾ ਉਹ ਪੂਰਾ ਮਾਰੂਥਲ ਜੇ ਇੱਕ ਇੰਚ ਪਰਲੇ ਪਾਸੇ ਤੁਹਾਨੂੰ ਸਿੱਧੀ ਹਰਿਆਲੀ, ਐਨ ਫਲਾਈਓਵਰ ਤੇ ਕੀ ਕੁਛ ਨੀ ਦਿਸਦਾ। ਕਾਰਨ ਇਹ ਚੁਫੇਰੇ ਦੁਸ਼ਮਣ ਨੇ ਉਹਨਾਂ ਦੇ ਚੁਫੇਰੇ, ਉਹਨਾਂ ਨੇ ਆਪਣੀ ਸੋਚ ਇਹ ਬਣਾ ਲਈਏ ਕਿ ਹਰ ਬੱਚਾ ਫੌਜ ਵਿੱਚ ਦਾਖਲ ਲਾਜ਼ਮੀ ਹੋਣਾ, ਭਾਵੇਂ ਉਹ ਉੱਥੋਂ ਦੇ ਪ੍ਰਧਾਨ ਮੰਤਰੀ ਦਾ ਮੁੰਡਾ ਹੀ ਕਿਉਂ ਨਾ ਹੋਵੇ, ਫੌਜ ਵਿੱਚ ਜਾਣਾ ਜ਼ਰੂਰੀ ਹੈ। ਅੱਛਾ ਜੀ। ਤਾਂ ਕਿ ਉਹਨਾਂ ਨੂੰ ਧਰਤੀ ਨਾਲ ਪਿਆਰ ਹੋਵੇ ਜੀ। ਹੁਣ ਉਹਦੇ ਮਤਲਬ ਇਹ ਸੀ ਕਿ ਉਹਨਾਂ ਨੇ ਹਰ ਘਰ ਵਿੱਚ ਅੱਜ ਦੇ ਦਿਨ ਵੀ ਉਹਨਾਂ ਦੇ ਹਥਿਆਰ ਦਿਸਦੇ ਨੇ, ਕਿਉਂਕਿ ਉਹਨਾਂ ਨੇ ਕਿਹਾ ਵੀ ਹਰ ਘਰ ਮਰਨ ਲਈ ਤਿਆਰ ਰਹੋ ਇਸ ਧਰਤੀ ਨੂੰ ਬਚਾਉਣਾ ਜੀ। ਦੂਜੀ ਚੀਜ਼ ਸੀ ਕਿ ਭਾਈ ਹੁਣ ਇੱਥੋਂ ਅਸੀਂ ਇੱਥੋਂ ਮਾਰੂਥਲ ਚੋਂ ਜੇ ਕੁਛ ਆਪਣੇ ਆਪ ਨੂੰ ਮਜ਼ਬੂਤ ਕਰਨਾ ਹੈ ਤਾਂ ਫਿਰ ਕੁਝ ਤਿਆਰੀ ਕਰੀਏ ਜੀ। ਉਹਦੇ ਲਈ ਉਹਨਾਂ ਨੇ ਸਮੁੰਦਰ ਚੋਂ ਪਾਣੀ ਚੱਕਿਆ, ਉਹਦੇ ਚੋਂ ਖਾਰਾਪਨ ਕੱਢਿਆ ਜੀ, ਨਮਕ ਵਾਧੂ ਕੱਢ ਕੇ ਤੇ ਫਿਰ ਉਹਨਾਂ ਨੇ ਉਹਨੂੰ ਵਰਤਨ ਯੋਗ ਬਣਾਇਆ। ਉਹ ਵੀ ਦੁਨੀਆ ਜਾਣਦੀ ਹੈ ਕਿ ਕੰਪਿਊਟਰਾਈਜ਼ ਇੱਕ ਇੱਕ ਬੂੰਦ ਵੀ ਉਹਨੂੰ ਵਰਤ ਕੇ ਜੜ੍ਹਾਂ ਦੇ ਅੰਦਰ ਤੱਕ ਪਾਇਆ ਜੀ। ਹੁਣ ਉਹਦੇ ਵਿੱਚ ਜਿਹੜੀ ਕੋਆਪਰੇਟਿਵ ਫਾਰਮਿੰਗ ਉਹਨਾਂ ਨੇ ਸ਼ੁਰੂ ਕੀਤੀ ਕਿਬੂਜ਼, ਉਹ ਦੁਨੀਆ ਭਰ ਚ ਪਹਿਲੇ ਨੰਬਰ ਤੇ ਸੀ ਕਿ ਕਿਸਾਨ ਸਾਡਾ ਮਜ਼ਬੂਤ ਹੋਏਗਾ ਜੀ, ਕੋਆਪਰੇਟਿਵ ਆਪਣੀ ਬਣਾਏਗਾ, ਰੋਜ਼ੀ ਰੋਟੀ ਕਮਾਉਣ ਜੋਗਾ ਹੋਏਗਾ, ਤਾਂ ਉਹ ਉੱਥੋਂ ਉਹਨਾਂ ਨੇ ਐਕਸਪੋਰਟ ਸ਼ੁਰੂ ਕੀਤਾ। ਜਿਹਦਾ ਮਤਲਬ ਇਹ ਹੈ ਕਿ ਦੁਨੀਆ ਭਰ ਵਿੱਚ ਉੱਥੋਂ ਦੇ ਫੁੱਲ ਤੇ ਫਲ, ਯਾਨੀ ਬਾ ਕਮਾਲ ਨੇ ਉਹ ਜਿਹੜੇ ਉੱਥੋਂ ਪਹੁੰਚ ਰਹੇ ਨੇ, ਉਹਦਾ ਕੋਈ ਮੁਕਾਬਲਾ ਕਰ ਹੀ ਨਹੀਂ ਸਕਦਾ ਜੀ ਜੀ। ਜਿਸ ਤਰੀਕੇ ਉਹਨਾਂ ਨੇ ਬੰਜਰ ਜ਼ਮੀਨ ਨੂੰ ਉਪਜਾਊ ਬਣਾਇਆ ਤੇ ਜਿਸ ਤਰੀਕੇ ਉਹਨਾਂ ਦੇ ਕਿਸਾਨ ਇਸ ਵੇਲੇ ਦੁਨੀਆ ਭਰ ਵਿੱਚੋਂ ਪਹਿਲੇ ਨੰਬਰ ਤੇ ਨੇ, ਜਿਹੜੇ ਅਮੀਰੀ ਵਜੋਂ ਵੀ ਤੇ ਉਪਜਾਊ ਜ਼ਮੀਨ ਬਣਾਉਣ ਚ ਜਿਹੜੇ ਆਪ ਮਿਹਨਤ ਕਰਦੇ ਨੇ ਜੀ। ਹੁਣ ਸਾਡੇ ਕੀ ਜ਼ਰਾ ਝਾਤ ਮਾਰੋ ਕਿ ਸਾਡੇ ਪਿੰਡਾਂ ਵਿੱਚ ਵੱਡੀ ਗਿਣਤੀ ਬਿਹਾਰ ਯੂਪੀ ਤੋਂ ਆ ਕੇ ਮਜ਼ਦੂਰ ਕੰਮ ਕਰਦੇ ਨੇ, ਅਸੀਂ ਆਪ ਕੰਮ ਕਰਨਾ ਨਹੀਂ ਚਾਹੁੰਦੇ ਜੀ। ਸਾਡਾ ਪੂਰਾ ਜ਼ੋਰ ਲੱਗਿਆ ਹੁੰਦਾ ਕਿ ਅਸੀਂ ਟਰੈਕਟਰਾਂ ਨੂੰ ਖੂਬਸੂਰਤ ਬਣਾ ਲਈਏ, ਉਹਨਾਂ ਤੇ ਏਸੀ ਫਿੱਟ ਕਰ ਲਈਏ, ਗਾਣੇ ਵਧੀਆ ਲਾ ਲਈਏ, ਟਾਇਰ ਵਧੀਆ ਲਾ ਲਈਏ, ਪਰ ਜਦੋਂ ਕੰਮ ਕਰਨ ਲਈ ਜਾਣਾ ਖੇਤਾਂ ਦੇ ਅੰਦਰ, ਅਸੀਂ ਆਪ ਨਹੀਂ ਤਿਆਰ ਤੇ ਧਰਤੀ ਅਸੀਂ ਸੀਨਾ ਪਾੜ ਛੱਡਿਆ ਤੇ ਅਸੀਂ ਟਿਊਬਵੈਲ ਲਾ ਲਾ ਕੇ ਪਾਣੀ ਖਤਮ ਕਰ ਦੇਣਾ। ਕਿਸੇ ਇੱਕ ਦੇ ਮਨ ਵਿੱਚ ਇਹ ਨਹੀਂ ਆਉਂਦਾ ਕਿ ਨਹੀਂ ਭਾਈ ਅਸੀਂ ਟਿਊਬਵੈਲ ਨਹੀਂ ਲਾਣੇ, ਬਲਕਿ ਹਰ ਨਵੀਂ ਸਰਕਾਰ ਇਹੋ ਕਹਿ ਕੇ ਆਉਂਦੀ ਜੇ ਕਿ ਮੈਂ ਇਸ ਪਿੰਡ ਵਿੱਚ 10 ਹੋਰ ਨਵੇਂ ਟਿਊਬਵੈਲ ਲਵਾਵਾਂਗਾ। ਯਾਨੀ ਕਿਸੇ ਨੂੰ ਧਰਤੀ ਪ੍ਰਤੀ ਪਿਆਰ ਹੈ ਹੀ ਨਹੀਂ, ਸਿਰਫ ਆਪਣੇ ਤੱਕ ਸੀਮਤ ਆ।
ਦੇਖੋ ਇਤਿਹਾਸ ਗਵਾਹ, ਇਜ਼ਰਾਈਲੀਆਂ ਨੇ ਆਪਣੇ ਉੱਤੇ ਜ਼ੁਲਮ ਕਰਨ ਵਾਲੇ ਕਿਸੇ ਨੂੰ ਛੱਡਿਆ ਨਹੀਂ, ਬਿਲਕੁਲ ਨਹੀਂ ਛੱਡਿਆ ਜੀ। ਭਾਵੇਂ ਦੂਜੇ ਥਾਂ ਤੇ ਦੂਜੇ ਮੁਲਕ 'ਚ ਜਾ ਕੇ ਮਾਰਨਾ ਪਿਆ ਹੋਏ, ਭਾਵੇਂ ਉਹਨੂੰ ਅਗਵਾ ਕਰਕੇ ਵਾਪਸ ਇਜ਼ਰਾਈਲ ਲਿਆ ਕੇ ਕੈਦ ਰੱਖ ਕੇ ਮੁਕੱਦਮਾ ਚਲਾ ਕੇ ਜੁਰਮ ਸਾਬਤ ਕਰਕੇ ਮੌਤ ਦੇ ਘਾਟ ਉਤਾਰਿਆ ਹੋਵੇ, ਉਹਨਾਂ ਨੇ ਛੱਡਿਆ ਕਿਸੇ ਨੂੰ ਨਹੀਂ ਜੀ। ਇਨ ਦਿਨ ਅਸੀਂ ਪੰਜਾਬੀਆਂ ਤੇ ਇਹੋ ਲਾਗੂ ਹੁੰਦਾ ਵੀ ਅਸੀਂ ਵੀ ਜ਼ੁਲਮ ਕਰਨ ਵਾਲੇ, ਜਦੋਂ ਧਰਮ ਤੇ ਹੱਲਾ ਹੁੰਦਾ ਅਸੀਂ ਇਹੋ ਕੁਛ ਕਰਦੇ ਹਾਂ, ਉਹਨਾਂ ਨੂੰ ਛੱਡਦੇ ਨਹੀਂ ਜੀ। ਹੁਣ ਗੱਲ ਦੇਖੋ ਉਹਨਾਂ ਨੇ ਕੀਤਾ ਕੀ ਹੈ ਕਿ ਹਰ ਕਿਸੇ ਲਈ ਪੜ੍ਹਾਈ ਲਾਜ਼ਮੀ ਹੈ, ਹਰ ਕਿਸੇ ਲਈ ਸਿਹਤ ਪੱਖੋਂ ਸਰੀਰਕ ਪੱਖੋਂ ਖਾਸ ਖਿਆਲ ਰੱਖਿਆ ਜਾਂਦਾ, ਅਲੱਗ ਇੱਕ ਕਲਾਸ ਹੁੰਦੀ ਹੈ ਤੇ ਹਰ ਇੱਕ ਨੂੰ ਪ੍ਰਮੋਟ ਕੀਤਾ ਜਾਂਦਾ ਭਾਈ ਇਸ ਪਾਸੇ ਚੱਲੋ ਜੀ। ਤੇ ਸਭ ਤੋਂ ਜ਼ਰੂਰੀ ਚੀਜ਼ ਹਰ ਘਰ ਰੋਜ਼ਗਾਰ ਵਾਲਾ ਉਹਨਾਂ ਨੇ ਸਿਸਟਮ ਸ਼ੁਰੂ ਕੀਤਾ ਹੋਇਆ ਜੀ, ਤੇ ਹਰ ਇੱਕ ਨੂੰ ਭਾਵੇਂ ਉਹ ਸਰਕਾਰੀ ਜਾਂ ਪ੍ਰਾਈਵੇਟ ਕਿਸੇ ਨਾ ਕਿਸੇ ਤਰੀਕੇ ਉਹਨੂੰ ਸਕੂਲਾਂ ਵਿੱਚੋਂ ਅਜਿਹੀ ਸਿੱਖਿਆ ਦੇ ਕੇ ਕੱਢਣਾ ਕਿ ਜਿਵੇਂ ਪਹਿਲੇ ਕੁਝ ਸਾਲ ਫੌਜ ਵਿੱਚ ਉਹਨੇ ਲਾ ਲਏ ਜੀ, ਤਾਂ ਉਸ ਤੋਂ ਬਾਅਦ ਉਹਨੇ ਕਿਸੇ ਨਾ ਕਿਸੇ ਨੌਕਰੀ ਵਜੋਂ ਉਹਨੂੰ ਤਿਆਰ ਕਰਕੇ ਹੀ ਕੱਢਿਆ ਜਾਂਦਾ ਸਕੂਲੋਂ ਵੀ ਭਾਈ ਇਹ ਵਧੀਆ ਮਿਸਤਰੀ ਦਾ ਕੰਮ ਕਰ ਸਕਦਾ ਤਾਂ ਉੱਧਰ ਲੱਗੇ, ਇਹ ਵਧੀਆ ਯਾਨੀ ਇਹਨੂੰ ਕੋਈ ਯੰਤਰ ਚਲਾਉਣੇ ਆਉਂਦੇ ਨੇ ਇਹਨੂੰ ਉੱਧਰ ਲਾਓ। ਹਰ ਇੱਕ ਨੂੰ ਕੰਮ ਲਾਇਆ ਕਿ ਇਸ ਧਰਤੀ ਨੂੰ ਤੂੰ ਅੱਗੋਂ ਹੋਰ ਤੋਰਦੇ ਰਹਿਣਾ। ਹੁਣ ਉਹਨਾਂ ਵਿੱਚ ਸ਼ਰਧਾ ਦਾ ਹਾਲ ਇਹ ਦੇਖੋ, ਪੂਰੇ ਸਾਲ ਵਿੱਚ 2 ਮਿੰਟ ਲਈ ਇੱਕ ਦਿਨ ਇਹ ਸਾਰੇ ਦਾ ਸਾਰਾ ਮੁਲਕ ਖੜਾ ਹੁੰਦਾ, ਜਿੱਥੇ ਚੱਲਦੀਆਂ ਬੱਸਾਂ ਗੱਡੀਆਂ ਕਾਰਾਂ ਐਂਬੂਲੈਂਸ, ਭੱਜਦਾ ਚੋਰ ਕੀ ਪੁਲਿਸ ਵੀ 2 ਮਿੰਟ ਸਾਲ 'ਚ ਇੱਕ ਵਾਰ ਸ਼ਹੀਦਾਂ ਨੂੰ ਯਾਦ ਕਰਨ ਲਈ ਖੜੇ ਹੁੰਦੇ ਨੇ ਜੀ। ਹੁਣ ਮੈਨੂੰ ਦੱਸੋ ਪੰਜਾਬ 'ਚ ਕਿਸੇ ਪਾਸਿਓਂ ਅਸੀਂ ਪੰਜਾਬ ਪ੍ਰਤੀ, ਅਸੀਂ ਤਾਂ ਭੱਜਣ ਨੂੰ ਕਾਹਲੇ ਹਾਂ, ਆਈਲੈਟਸ ਕਰਨੀ ਹੈ ਭੱਜ ਲੈਣਾ, ਪੰਜਾਬ ਲਈ ਕੁਛ ਨੀ ਕਰਨਾ ਜੀ। ਜਿਸ ਤਰੀਕੇ ਨਸ਼ੇ ਦਾ ਹਾਲ ਹੈ ਸਾਡੇ ਸਾਹਮਣੇ ਹੈ, ਅਸੀਂ ਕੀ ਕਰ ਰਹੇ ਹਾਂ? ਭ੍ਰਿਸ਼ਟਾਚਾਰ ਇਹ ਨਹੀਂ ਹੈ ਕਿ ਇਜ਼ਰਾਈਲ 'ਚ ਨਹੀਂ ਹੈ ਜੀ, ਪਰ ਜਿਸ ਤਰੀਕੇ ਦਾ ਸਾਡੀਆਂ ਹੱਡਾਂ 'ਚ ਰਚ ਗਿਆ ਏਦਾਂ ਦਾ ਕੰਮ ਉੱਥੇ ਨਹੀਂ ਹੈ। ਅੱਛਾ ਜੀ, ਦੇਖੋ ਇੱਕ ਪੰਜਾਬ ਦੇ ਵਿੱਚ ਜੇ ਰਕਬੇ ਅਨੁਸਾਰ ਚੱਲੀਏ ਤਾਂ 2 ਇਜ਼ਰਾਈਲ ਸਮੋ ਸਕਦੇ ਨੇ ਜੀ। ਪੰਜਾਬ ਦੇ ਬੰਦੇ ਦੀ ਔਸਤਨ GDP ਦੇਖਣੀ ਹੋਏ ਤਾਂ 2,14,600 ਰੁਪਏ ਹੈ ਜੀ, ਇਜ਼ਰਾਈਲ ਵਿੱਚ 31,38,00,000 ਰੁਪਏ ਜੇ ਪ੍ਰਤੀ ਇੱਕ ਜਿਹੜੀ ਮੈਂ ਬੰਦੇ ਦੀ ਦੱਸ ਰਹੀ, ਇੰਨਾ ਫਰਕ। ਜਦਕਿ ਮੈਂ ਦੱਸ ਰਹੀ ਹਾਂ ਵੀ 2 ਇਜ਼ਰਾਈਲ ਸਮੋ ਸਕਦੇ ਨੇ ਸਾਡੇ ਪੰਜਾਬ, ਬਿਲਕੁਲ ਜੀ। ਹੁਣ ਇੰਨਾ ਇੱਕ ਇੱਕ ਬੰਦੇ ਦਾ ਜਿਹੜਾ ਉਹ ਖਿਆਲ ਰੱਖਦੇ, ਹੁਣ ਉਹਦੇ ਵਿੱਚ ਹਾਲ ਦੇਖੋ ਕਿ ਜੇ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਕੋਈ ਬੈਠਾ ਹੈ ਇਜ਼ਰਾਈਲੀ, ਭਾਵੇਂ ਉਹ ਯਾਨੀ ਬੈਠਾ ਹੋਏ ਅਮਰੀਕਾ ਵਿੱਚ ਜਿਹੜੇ ਟੌਪ ਦੇ ਬਿਜ਼ਨਸਮੈਨ ਨੇ, ਟੌਪ ਦੇ ਪੋਲੀਟੀਸ਼ੀਅਨ ਨੇ, ਸ਼ਾਇਦ ਹੁਣ ਵੀ ਸਭ ਨੂੰ ਪਤਾ ਹੀ ਹੈ ਕਿ ਕਮਲਾ ਹੈਰਿਸ ਦਾ ਪਤੀ ਯਹੂਦੀ ਹੈ, ਸੋ ਸਮਝ ਲਓ ਕਿ ਇੱਕ ਤਰੀਕੇ ਇਜ਼ਰਾਈਲ ਦਾ ਵੀ ਰੋਲ ਇਸ ਤਰੀਕੇ ਸੋਚੋ ਵੀ ਉਹ ਯਹੂਦੀ ਬੰਦਾ ਇੱਕ ਤਰੀਕੇ ਹੁਣ ਮੋਸਟ ਪਾਵਰਫੁਲ ਮੈਨ ਹੋ ਗਿਆ ਔਨ ਅਰਥ ਜੇ ਆਪਾਂ ਅਮੈਰੀਕਾ। ਤਾਂ ਇਹ ਸਮਝੋ ਕਿ ਇਹ ਸਾਰਿਆਂ ਲਈ ਥਾਂ ਕਿਵੇਂ ਹੈ ਕਿ ਜਦੋਂ ਮਰਜ਼ੀ ਆਪਣੀ ਜ਼ਿੰਦਗੀ ਵਿੱਚ ਕਦੇ ਹੀ ਜਾਣਾ ਹੋਵੇ, ਇਹਨਾਂ ਨੇ ਇਜ਼ਰਾਈਲ ਇਹਨਾਂ ਲਈ ਦਰਵਾਜ਼ੇ ਖੁੱਲੇ ਨੇ, ਉੱਥੇ ਹਰ ਯਹੂਦੀ ਕਦੇ ਵੀ ਵਾਪਸ ਆ ਸਕਦਾ, ਉਹਨੂੰ ਕਦੇ ਵੀਜ਼ੇ ਦੀ ਲੋੜ ਨਹੀਂ। ਤੇ ਹਰ ਯਹੂਦੀ ਇਹ ਸੋਚਦਾ ਮੈਂ ਜਿੱਥੇ ਵੀ ਕਿਤੇ ਬੈਠਾ ਹੋਵਾਂ ਮੇਰਾ ਇਜ਼ਰਾਈਲ ਹੱਸਦਾ ਵੱਸਦਾ ਰਹੇ, ਉੱਥੇ ਕਦੇ ਵੀ ਕਿਸੇ ਚੀਜ਼ ਦੀ ਤੋੜ ਨਾ ਪਵੇ। ਉਹ ਇਸ ਤਰੀਕੇ ਸਾਰੇ ਇੱਕ ਇੱਕ ਬੰਦਾ ਕੰਮ ਕਰ ਰਿਹਾ ਜੀ। ਹੁਣ UNO ਨੇ ਦੇਖੋ ਕੀ ਕਿਹਾ ਕਿ ਇਜ਼ਰਾਈਲੀ ਲੋਕਾਂ ਦੀ ਹਿਊਮਨ ਡਿਵੈਲਪਮੈਂਟ ਇੰਡੈਕਸ ਦੁਨੀਆ ਭਰ ਵਿੱਚੋਂ 19ਵੇਂ ਨੰਬਰ ਤੇ ਪਹੁੰਚ ਚੁੱਕੀ ਹੈ, ਜਦਕਿ ਪੰਜਾਬ ਅਸੀਂ ਕਿਤੇ ਗਿਣਤੀ 'ਚ ਨਹੀਂ ਆ ਰਹੇ, ਇਹ ਹਾਲਤ ਹੈ ਜੀ। ਹੁਣ ਇਹ ਜੇ ਅਸੀਂ ਚਾਹੁੰਦੇ ਹਾਂ ਕਿਸਾਨ ਖੁਸ਼ਹਾਲ ਹੋਣ, ਆਪਣੇ ਹੱਕਾਂ ਲਈ ਜਾਗਰੂਕ ਹੋਣ, ਤਾਂ ਮੈਨੂੰ ਦੱਸੋ ਜੇ ਹਰਿਆਣੇ 'ਚ ਵੜ ਕੇ ਦੇਖੋ, ਕਸ਼ਮੀਰ 'ਚ ਜਾਓ, ਰਾਜਸਥਾਨ 'ਚ ਜਾਓ, ਹਰ ਥਾਂ ਤੇ ਸਪ੍ਰਿੰਕਲਰ ਸਿਸਟਮ ਡ੍ਰਿਪ ਇਰੀਗੇਸ਼ਨ ਵੱਡੀ ਪੱਧਰ ਤੇ ਸ਼ੁਰੂ ਹੋ ਚੁੱਕਿਆ। ਰਾਜਸਥਾਨ 'ਚ ਤਾਂ ਬਹੁਤ ਜ਼ਿਆਦਾ, ਰਾਜਸਥਾਨ 'ਚ ਤਾਂ ਬਹੁਤ ਜ਼ਿਆਦਾ ਜੀ, ਪੰਜਾਬ 'ਚ ਵੀ ਹੈਗਾ, ਬਾਗਾਂ ਲਈ ਦੇ ਦਿੰਦੇ ਨੇ, ਪਰ ਜੇਕਰ ਪੋਲਿਸੀਆਂ ਦੀ ਗੱਲ ਕਰੀਏ ਤਾਂ ਪੰਜਾਬ ਦੀ ਤਾਂ ਪੋਲਿਸੀ ਨਹੀਂ ਰਲਦੀ ਕਿਸੇ ਨਾਲ, ਬੜੇ ਔਖੇ ਨੇ ਇੱਥੇ ਹਰ ਇੱਕ ਚੀਜ਼ ਲੈਣੀ ਜੀ। ਗੱਲ ਇਹ ਹੈ ਕਿ ਸਾਡੇ ਇੱਥੇ ਜਦੋਂ ਤੱਕ ਪੰਜਾਬ ਪ੍ਰਤੀ ਮੋਹ ਨਹੀਂ ਨਾ ਜਾਗੇਗਾ, ਉਦੋਂ ਤੱਕ ਅਸੀਂ ਨਾ ਤਾਂ ਕਿਸਾਨੀ ਬਚਾ ਸਕਾਂਗੇ। ਸਾਡੇ ਇੱਥੇ ਮੈਨੂੰ ਆਪ ਹੀ ਦੱਸ ਦਿਓ ਕਿੰਨੇ ਕੁ ਨੇ ਜਿਹੜੇ ਇਸ ਇੰਡਸਟਰੀਜ਼ ਵਿੱਚੋਂ ਆਪਾਂ ਕਹਿ ਸਕੀਏ ਵੀ ਛਾਤੀ ਠੋਕ ਕੇ ਹਾਂ ਜੀ ਇਹ ਬਹੁਤ ਵਧੀਆ ਚੱਲ ਰਹੀ ਹੈ ਜੀ। ਯਾਨੀ ਅਸੀਂ ਕੋਰਾ ਲਾ ਦਿੱਤਾ, ਭ੍ਰਿਸ਼ਟਾਚਾਰ ਨੇ ਸਾਨੂੰ ਚੱਬ ਲਿਆ। ਦੇਖੋ ਇਜ਼ਰਾਈਲ ਵਿੱਚ ਕੀ ਮਜਾਲ, ਕੋਈ ਇਸ ਤਰੀਕੇ ਆਪਣੀ ਧਰਤੀ ਪਲੀਤ ਕਰ ਦੇਵੇ, ਹਵਾ ਪਲੀਤ ਕਰ ਦੇਵੇ, ਅਸੀਂ ਕੀ ਕਰ ਰਹੇ ਹਾਂ ਜੀ।
ਨਾ ਪਾਣੀ ਪੀਣ ਯੋਗ ਛੱਡਿਆ, ਨਾ ਹਵਾ ਇਸ ਤਰ੍ਹਾਂ ਦੀ ਛੱਡੀ ਕਿ ਅਸੀਂ ਚੰਗੀ ਤਰ੍ਹਾਂ ਅੰਦਰ ਲੰਘਾ ਸਕੀਏ, ਯਾਨੀ ਬਿਮਾਰੀਆਂ ਦਾ ਘਰ ਕਰਕੇ ਰੱਖ ਛੱਡਿਆ ਤੇ ਸੋਚ ਸਿਰਫ ਆਪਣੇ ਤੱਕ ਸੀਮਤ, ਮੇਰੇ ਇਸ ਸਾਲ ਦੀ ਕਮਾਈ, ਮੇਰੀ ਆਪਣੇ ਟੱਬਰ ਦਾ ਅਗਾਂਹ ਵਧਣ ਦਾ ਕੰਮ। ਤੇ ਫਿਰ ਵੱਡੀ ਪੱਧਰ ਤੇ ਜਿੱਥੇ ਧਿਆਨ ਕਰੋਗੇ ਨਾ, ਜੇ ਤੁਸੀਂ ਪੋਲੀਟੀਸ਼ੀਅਨਸ ਵੱਲ, ਵਿਰਲਾ ਹੀ ਕੋਈ ਉਂਗਲ ਤੇ ਰੱਖਣ ਵਾਲਾ ਗਿਣਤੀ ਦਾ ਹੋਏਗਾ ਜਿਹਦੇ ਟੱਬਰ ਵਿੱਚੋਂ ਕੋਈ ਬਾਹਰ ਪੱਕੀ ਤੌਰ ਤੇ ਵਸ ਨਾ ਚੁੱਕਿਆ ਹੋਵੇ। ਜੇ ਪੰਜਾਬ ਪਤੀ ਪ੍ਰਤੀ ਪਿਆਰ ਹੋਵੇ ਤੇ ਰਾਜ ਕਰਨ ਦੀ ਸੋਚ ਹੋਵੇ ਤਾਂ ਦੱਸੋ ਆਪਣੇ ਪੁੱਤਰ ਧੀਆਂ ਕਿਉਂ ਬਾਹਰ ਸੈੱਟ ਕਰਦੇ ਜਾ ਰਹੇ ਹੋ? ਇਹਦਾ ਮਤਲਬ ਇਹ ਕਿ ਅਸੀਂ ਪੰਜਾਬ ਦੇ ਆਖਰੀ ਪਾਣੀ ਦੀ ਬੂੰਦ ਜਦ ਤੱਕ ਹੈ ਉਦੋਂ ਤੱਕ ਇੱਥੇ ਰਾਜ ਕਰਾਂਗੇ, ਫਿਰ ਉਡਾਰੀ ਮਾਰ ਜਾਵਾਂਗੇ ਇੱਥੇ, ਜਿਹਨਾਂ ਨੇ ਮਰਨਾ ਮਰੋ। ਪਰ ਪੰਜਾਬ ਦੀ ਧਰਤੀ ਪ੍ਰਤੀ ਪਿਆਰ ਅਸੀਂ ਜਗਾ ਹੀ ਨਹੀਂ ਸਕੇ। ਹਾਲ ਦੇਖੋ ਕਿ ਉਹ ਜਜ਼ਬਾ ਜੋ ਦੇਸ਼ ਪ੍ਰੇਮ ਦਾ ਹੋਣਾ ਸੀ, ਜਿੱਥੇ ਹੌਲੀ ਹੌਲੀ ਜ਼ਰਾ ਅੰਦਾਜ਼ਾ ਲਾ ਲਓ ਕੀ ਸੀ ਪੰਜਾਬ ਦਾ ਰਕਬਾ, ਕਿੱਥੋਂ ਘਟਾ ਕੇ ਸਾਨੂੰ ਇੱਕਾ ਚਿੜੀ ਦੀ ਵਿੱਠ ਜਿੰਨਾ ਥਾਂ ਛੱਡ। ਬਿਲਕੁਲ, ਇਹ ਸਾਡੇ ਸਿਆਸਤਦਾਨਾਂ ਦੀ ਸੌੜੀ ਸੋਚ ਦਾ ਨਤੀਜਾ। ਬਿਲਕੁਲ ਬਿਲਕੁਲ। ਤੇ ਹੁਣ ਗੱਲ ਇਹ ਹੈ ਕਿ ਜੇ ਪੰਜਾਬ ਉੱਥੇ ਇਜ਼ਰਾਈਲ ਵੱਲ, ਹੁਣ ਜੋ ਜ਼ਰੂਰੀ ਚੀਜ਼ਾਂ ਮੈਂ ਦੱਸਣਾ ਚਾਹੁੰਦੀ ਹਾਂ, ਜਦੋਂ ਉੱਥੇ ਦੀ ਬੋਲੀ ਖਤਮ ਹੋ ਚੱਲੀ ਸੀ ਤਾਂ ਬਜ਼ੁਰਗਾਂ ਨੇ ਆਪਣੇ ਹੱਥ ਚੀਜ਼ ਸਾਂਭੀ, ਹਰ ਘਰ ਦੇ ਦਾਦੇ ਨਾਨੇ ਨੇ, ਦਾਦੀ ਨਾਨੀ ਨੇ ਕੰਮ ਚੁੱਕਿਆ ਬੀੜਾ, ਵੀ ਭਾਈ ਅਸੀਂ ਮੁੱਕ ਜਾਵਾਂਗੇ ਤੇ ਅਸੀਂ ਆਪਣੀ ਅਗਲੀ ਪੌਦ ਨੂੰ ਆਪਣੀ ਜ਼ਬਾਨ ਵਿੱਚ ਸ਼ਹੀਦਾਂ ਬਾਰੇ ਦੱਸੀਏ, ਪਿਛੋਕੜ ਬਾਰੇ ਦੱਸੀਏ, ਇਤਿਹਾਸ ਸਾਂਭ ਲਈਏ। ਹਰ ਘਰ ਦੇ ਬਜ਼ੁਰਗ ਨੇ ਇਹ ਜ਼ਿੰਮੇਵਾਰੀ ਚੱਕੀ ਸੀ। ਹੁਣ ਇਹ ਦੇਖੋ ਕਿ ਉਸ ਜ਼ਿੰਮੇਵਾਰੀ ਚੁੱਕਣ ਦਾ ਸਦਕਾ ਅੱਜ ਚੋਟੀ ਦੀਆਂ ਜ਼ਬਾਨਾਂ ਚ ਹਿਬਰੀਊ ਜ਼ਬਾਨ ਦੁਬਾਰਾ ਵਾਪਸ ਹੋ ਗਈ ਹੈ, ਸਿਰਫ ਉਹ ਬਜ਼ੁਰਗਾਂ ਦੀ ਮਿਹਨਤ ਸਦਕਾ। ਇਹ ਸਾਡੇ ਪੰਜਾਬ ਵਿੱਚ ਬਿਲਕੁਲ ਕਿਸੇ ਪਾਸਿਓਂ ਇਸ ਪ੍ਰਤੀ ਆਵਾਜ਼ ਉੱਠ ਨਹੀਂ ਰਹੀ। ਜ਼ਬਾਨ ਨੂੰ ਅਸੀਂ ਸੋਚਦੇ ਹਾਂ ਜਿਹੜਾ ਪੰਜਾਬੀ ਪੜ੍ਹ ਰਿਹਾ ਉਹ ਅਨਪੜ੍ਹ ਹੈ, ਤੇ ਜੇ ਇਹੀ ਸੋਚ ਇਸੇ ਤਰ੍ਹਾਂ ਤੁਰਦੀ ਰਹੀ, ਪੰਜਾਬੀ ਜ਼ਬਾਨ ਨਾ ਰਹੀ, ਤਾਂ ਮੈਨੂੰ ਦੱਸੋ ਪੰਜਾਬ ਦਾ ਇਤਿਹਾਸ ਕਿਹਨੇ ਸਾਂਭਣਾ ਹੈ, ਸੱਭਿਆਚਾਰ ਕਿਹਨੇ ਸਾਂਭਣਾ ਹੈ? ਬਿਲਕੁਲ, ਜਿਵੇਂ ਡਾਕਾ ਪਏਗਾ ਨਾ ਹੁਣ ਜ਼ਬਾਨ ਜਦੋਂ ਗਈ, ਅਗਲੇ ਕਹਿਣਗੇ ਅਸੀਂ ਸਾਰੇ ਹਿੰਦੀ ਬੋਲਣ ਵਾਲੇ ਹਾਂ, ਤੇ ਪੂਰਾ ਦਾ ਪੂਰਾ ਪੰਜਾਬ ਜਦੋਂ ਹਰਿਆਣੇ ਚ ਸ਼ਾਮਿਲ ਹੋਇਆ ਤਾਂ ਉਦੋਂ ਚੀਕ ਮਾਰਨ ਦੀ ਕੋਈ ਸਾਡੇ ਕੋਲ ਬਚੀ ਨੀ ਹੋਣੀ ਆਵਾਜ਼। ਤੇ ਢੰਗ ਦੇਖੋ ਕਿੰਨਾ ਸੋਹਣਾ ਲੱਭਿਆ ਕਿ ਸਕੂਲਾਂ ਵਿੱਚੋਂ ਇਤਿਹਾਸ ਮਨਫੀ ਕਰ ਦਿੱਤਾ। ਬਿਲਕੁਲ, ਜ਼ਬਾਨ ਬੋਲਣ ਤੇ ਫਾਈਨ ਜੇ, ਤੇ ਹੌਲੀ ਹੌਲੀ ਸਭ ਦੀ ਜ਼ਬਾਨ ਜਦੋਂ ਲਿਖੀ ਜਾਂਦੀ ਪਈ ਹੈ, ਨੋਟ ਹੋ ਰਹੀ ਹੈ, ਤੇ ਸਭ ਤੋਂ ਵੱਡੀ ਪੱਧਰ ਤੇ ਹਿੰਦੀ ਲਿਖੀ ਜਾ ਰਹੀ ਹੈ, ਦਾ ਮਤਲਬ ਹੈ ਹਿੰਦੀ ਸਪੀਕਿੰਗ ਏਰੀਆ ਪੰਜਾਬ ਸਾਰਾ ਸਾਹਮਣੇ ਆਏਗਾ। ਤੇ ਫਿਰ ਮੈਨੂੰ ਦੱਸ ਦਿਓ ਕਿ ਅਗਲੀ ਜਦੋਂ ਜਨਗਣਨਾ ਦੇ ਵਿੱਚੋਂ ਕਹਿਣਗੇ ਕਿ ਹਿੰਦੀ ਸਪੀਕਿੰਗ ਏਰੀਆ ਹੁਣ ਹਰਿਆਣੇ ਚ ਲਾ ਦਿਓ। ਬਿਲਕੁਲ, ਗੱਲ ਮੈਂ ਉਹੀ ਅੱਜ ਦੀ ਰਿਪੋਰਟ ਜਿਹੜੀ ਤੁਸੀਂ ਸ਼ਾਇਦ ਤੁਹਾਡੇ ਕੋਲ ਵੀ ਪਹੁੰਚ ਜੂਗੀ, ਜਿਹੜੀਆਂ ਗੱਲਾਂ ਹੋ ਰਹੀਆਂ ਨੇ ਪਠਾਨਕੋਟ ਨੂੰ ਜ਼ਿਲ੍ਹਾ ਬਣਾਇਆ, ਆਪਣੇ ਨੂੰ ਫਾਜ਼ਿਲਕਾ ਨੂੰ ਜ਼ਿਲ੍ਹਾ ਬਣਾਇਆ, ਅਤੇ ਉਹਦੇ ਗੱਲਾਂ ਜਿਹੜੀਆਂ ਉੱਠਣੀਆਂ ਸ਼ੁਰੂ ਹੋ ਗਈਆਂ ਕਿ ਪਠਾਨਕੋਟ ਇਲਾਕਾ ਚੱਕ ਕੇ ਜੰਮੂ ਕਸ਼ਮੀਰ 'ਚ ਲਾ ਦਿਓ। ਪਰ ਠੀਕ ਆ, ਹਜੇ ਕਿਸੇ ਮੰਗ ਨਹੀਂ ਉੱਠੀ, ਹੱਦਬੰਦੀ ਕਮਿਸ਼ਨ ਬਣਨੇ ਹੁੰਦੇ, ਹੋਰ ਹੁੰਦੇ ਆ, ਕਈ ਵੀਰ ਇਹ ਕਹਿ ਰਹੇ ਨੇ ਜੰਮੂ ਕਸ਼ਮੀਰ ਵੀ ਤੋੜਤਾ। ਜੰਮੂ ਕਸ਼ਮੀਰ ਦੀ ਸਥਿਤੀ ਜਿਹੜੀ ਆ ਹੋਰਾਂ ਸੂਬਿਆਂ ਨਾਲ ਵੱਖਰੀ ਹੈ। ਜੰਮੂ ਕਸ਼ਮੀਰ ਇੱਕ ਦੇਸ਼ ਸੀ ਜਿਹੜਾ ਭਾਰਤ ਨਾਲ ਰਲਿਆ ਸੀ, ਇਹ ਭਾਰਤ ਦੇ ਹੀ ਸੂਬੇ ਸੀਗੇ, ਇਹਨਾਂ ਨੂੰ ਤੋੜ ਭੰਨਣਾ ਕਰਨਾ ਥੋੜ੍ਹਾ ਜਿਹਾ ਕੰਮ ਟੇਢਾ ਹੁੰਦਾ। ਪਰ ਗੱਲ ਇਹ ਹੈ ਕਿ ਮਸਲੇ ਤਾਂ ਉਹੀ ਆ ਗਏ ਕਿ ਹੁਣ ਜਿਹੜੀਆਂ ਚੀਜ਼ਾਂ ਜਦੋਂ ਅਸੀਂ ਬੋਲੀ ਆ, ਹੁਣ ਤਾਂ ਸ਼ੁਕਰ ਕਰੋ ਥੋੜ੍ਹਾ ਜਿਹਾ ਭੈਣ ਜੀ ਮੋੜਾ ਪੈ ਗਿਆ, ਨਹੀਂ ਤਾਂ ਪੰਜਾਬੀ ਬੋਲਣੀ ਘਰਾਂ ਦੇ ਵਿੱਚ ਅਨਪੜ੍ਹਤਾ ਦਾ ਸਬੂਤ ਹੁੰਦਾ ਸੀ। ਭਾਜੀ ਹੁਣ ਵੀ ਮੈਂ ਤੈਨੂੰ ਅੱਜ ਦੇ ਦਿਨ ਵੀ ਦੱਸ ਰਹੀ ਹਾਂ, ਮੇਰੇ ਕੋਲ ਹਸਪਤਾਲ ਦੇ ਵਿੱਚ ਪਹੁੰਚ ਰਹੇ ਨੇ ਜਿਹੜੇ ਮਾਵਾਂ ਪੰਜਾਬ ਦੇ ਵਿੱਚ ਗਾਤਰੇ ਪਾਏ ਹੋਏ, ਪੰਜਾਬੀ ਮਾਵਾਂ ਆਪਣੇ ਬੱਚਿਆਂ ਨਾਲ ਹਿੰਦੀ ਚ ਗੱਲ ਕਰ ਰਹੀਆਂ ਨੇ, ਹਿੰਦੀ ਚ ਬੋਲਦੀਆਂ ਨੇ, ਤੇ ਜਦੋਂ ਪੁੱਛੋ ਉਹ ਕਹਿੰਦੇ ਨੇ ਵੀ ਸਾਡੇ ਆ ਕੇ ਪਿੰਡਾਂ ਵਿੱਚ RSS ਦੇ ਵੀ ਲੋਕ ਆ ਰਹੇ ਨੇ ਤੇ DAV ਸਕੂਲ ਵਾਲੇ ਪੜ੍ਹ ਰਹੇ ਬੱਚੇ ਨੇ, ਉਹਨਾਂ ਨੂੰ ਬਹੁਤ ਸਟ੍ਰਿਕਟ ਕਹਿ ਦਿੱਤਾ ਗਿਆ ਕਿ ਸਿਰਫ ਤੇ ਸਿਰਫ ਹਿੰਦੀ ਬੋਲਣੀ ਹੈ, ਵਰਨਾ ਫਾਈਨਲ ਐਗਜ਼ਾਮ 'ਚ ਤੁਹਾਡੇ ਨੰਬਰ ਕੱਟ ਦਿੱਤੇ ਜਾਣਗੇ। ਦੱਸੋ, ਇਹ ਬੜੀ ਡੂੰਘੀ ਸਾਜ਼ਿਸ਼ ਹੁੰਦੀ ਜੇ ਸਾਨੂੰ ਸਮਝ ਨਹੀਂ ਆ ਰਹੀ ਤਾਂ ਅਸੀਂ ਬਿਲਕੁਲ ਬੇਅਕਲ ਹੋ ਚੁੱਕੇ ਹਾਂ ਕਿ ਜ਼ਬਾਨ ਗਈ, ਇਤਿਹਾਸ ਸਕੂਲਾਂ ਵਿੱਚ ਪੜ੍ਹਾਇਆ ਨਹੀਂ ਜਾ ਰਿਹਾ, ਵਾਤਾਵਰਨ ਸਾਡਾ ਪ੍ਰਦੂਸ਼ਿਤ ਹੋ ਗਿਆ, ਧਰਤੀ ਹੇਠਲਾ ਪਾਣੀ ਸਾਡੇ ਨਹੀਂ ਰਿਹਾ, ਨਹਿਰਾਂ ਦਾ ਪਾਣੀ ਅੱਜ ਮੇਰੇ ਨਾਲ
ਇੱਕ ਲੜਕਾ ਆਪਣੇ ਨਵਾਂ ਯੰਗਸਟਰ ਹੈ ਜੀ, ਸਾਰਾ ਉਹ 12th ਦੇ ਵਿੱਚ ਐਡੀਟਿੰਗ ਦਾ ਕੰਮ ਸਿੱਖ ਰਿਹਾ, ਮੈਂ ਅੱਜ ਗਿਆ ਕੰਦੂ ਖੇੜੇ, ਅਤੇ ਉਹਨੇ ਜਦੋਂ ਇੰਦਰਾ ਗਾਂਧੀ ਕਨਾਲ ਲੱਗੇ ਤਾਂ ਮੈਨੂੰ ਕਹਿੰਦਾ ਸਰ ਜੇ ਇਕੱਲਾ ਇੰਦਰਾ ਗਾਂਧੀ ਹੀ ਸਾਨੂੰ ਪੰਜਾਬ ਨੂੰ ਦੇ ਦਿੱਤੀ ਜਾਵੇ ਕਨਾਲ ਇਹ, ਤਾਂ ਕਹਿੰਦੇ ਮੈਂ ਕਿਹਾ ਫਿਰ ਤਾਂ ਸਾਰਾ ਪੰਜਾਬ ਹੀ ਆਪਾਸ਼ੀ ਹੋਣ ਲੱਗ ਪਊਗੀ, ਨਹਿਰੀ ਪਾਣੀ ਮਿਲਣ ਲੱਗ ਪਊਗਾ ਸਾਰੇ ਪੰਜਾਬ ਨੂੰ, ਕਹਿੰਦਾ ਸਾਡੇ ਪੱਲੇ ਤਾਂ ਫਿਰ ਕੁਛ ਵੀ ਨਹੀਂ, ਪਰ ਦੇਵੇ ਕੌਣ? ਪਰ ਇਹ ਦੇਖੋ ਕਿ ਪੰਜਾਬ ਦੇ ਸਿੱਖਿਅਤ, ਹੁਨਰਮੰਦ, ਮਿਹਨਤੀ, ਸਿਹਤਮੰਦ ਜਿਹੜੇ ਇਹ ਸਾਰੇ ਸਸਤੀ ਕਿਰਤ ਕਰਨ ਲਈ ਵਿਦੇਸ਼ਾਂ 'ਚ ਜਜ਼ਬ ਹੋ ਚੁੱਕੇ ਨੇ ਜੀ, ਬਹੁਤ ਵਿਕਾਸ ਸਾਡਾ ਰੁਕ ਚੱਲਿਆ, ਤੇ ਇਹ ਜਿਹੜਾ ਅੰਤਾਂ ਦਾ ਪੰਜਾਬ ਦਾ ਧਨ ਵਿਦੇਸ਼ਾਂ ਵੱਲ ਰੁੜਦਾ ਜਾ ਰਿਹਾ, ਪੰਜਾਬ ਨੂੰ ਖੋਖਲਾ ਕਰ ਰਿਹਾ, ਮੈਨੂੰ ਦੱਸੋ ਜ਼ਰਾ ਕਿ ਇਹ ਵਿਕਾਸ ਵੱਲ ਜਾਏਗਾ ਕਿ ਵਿਨਾਸ਼ ਵੱਲ ਜਾਏਗਾ, ਤੇ ਆਗੂ ਤੋਂ ਬਗੈਰ ਅੱਜ ਤੱਕ ਕਿਹੜੀ ਕੌਮ ਜਿੱਤ ਸਕੀ ਹੈ ਜਾਂ ਜੰਗ ਜਿੱਤਣ ਦੀ ਕੋਈ ਕੋਸ਼ਿਸ਼ ਵੀ ਕਰ ਸਕਦੀ ਹੈ? ਅਸੀਂ ਤੇ ਨਿਰਲਾ ਟਾਵਾਂ ਸੱਜੇ ਖੱਬੇ ਬਾਹਾਂ ਮਾਰ ਕੇ ਸੋਚ ਲਵਾਂਗੇ ਬਹੁਤ ਕੁਛ ਕੀਤਾ ਜੀ, ਅਸੀਂ ਖਤਮ ਹੋ ਗਏ। ਉਦੋਂ ਤਾਂ ਅਣਖ ਭਰਪੂਰ ਸਾਡੀ ਜ਼ਿੰਦਗੀ ਸੀ, ਜਿਹਨਾਂ ਨੇ ਸਿਰ ਵਾਰਨ ਤੋਂ ਬਾਅਦ ਵੀ, ਸਿਰਾਂ ਦੇ ਮੁੱਲ ਪਾਉਣ ਬਾਅਦ ਵੀ ਆਪਣੀ ਅਣਖ ਨਹੀਂ ਛੱਡੀ, ਤੇ ਅੱਜ ਤਾਈਂ ਇਹ ਕੌਮ ਜਾਗਦੀ ਜਿਉਂਦੀ ਰਹੀ ਸੀ। ਪਰ ਹੁਣ ਤਾਂ ਅਸੀਂ ਅਣਖ ਵੀ ਛੱਡ ਦਿੱਤੀ, ਅਸੀਂ ਤਾਂ ਹੁਣ ਗੋਡੇ ਟੇਕਦੇ ਹਾਂ, ਰੀਂਘ ਦੇ ਕੀੜੇ ਬਣ ਚੁੱਕੇ ਹਾਂ ਸਿਆਸਤਦਾਨਾਂ ਅੱਗੇ। ਭਾਜੀ ਇਸ ਵਿੱਚ ਜਾਣ ਵਾਪਸ ਪਾਣੀ ਵਾਕਈ ਬਹੁਤ ਔਖੀ ਹੋ ਚੁੱਕੀ ਹੈ, ਕਿਉਂਕਿ ਮੈਂ ਅੱਗੇ ਹੀ ਕਿਹਾ ਸਾਡੇ ਸਿੱਖਿਅਤ ਹੁਨਰਮੰਦ ਤੁਰ ਚੁੱਕੇ ਨੇ, ਤੇ ਸੇਧ ਦੇਣ ਵਾਲਾ ਇੱਕਾ ਦੁੱਕਾ ਤੁਹਾਡੇ ਵਰਗਾ ਜਦੋਂ ਦਿਸਦਾ ਹੈ ਨਾ, ਉਹ ਸਰਕਾਰਾਂ ਲਈ ਫੇਣਾ ਜਾਂ ਲੁਕਾਉਣਾ ਕੋਈ ਔਖਾ ਨਹੀਂ ਹੁੰਦਾ। ਸੋ ਅਸੀਂ ਨਾ ਤਾਂ ਇਕਜੁੱਟ ਹੋ ਰਹੇ ਹਾਂ, ਨਾ ਅਸੀਂ ਪੰਜਾਬ ਪ੍ਰਤੀ ਉਹ ਮੋਹ ਪੈਦਾ ਕਰ ਸਕਿਆ ਕਿ ਅਸੀਂ ਮਰ ਮਿਟਾਂਗੇ ਪੰਜਾਬ ਲਈ ਇਹੋ ਜਿਹੀ ਆਵਾਜ਼। ਖਿਮਾ ਕਰਿਓ, ਪੰਜਾਬ ਅੰਦਰੋਂ ਬਹੁਤ ਨਿਰਲੀ ਟਾਵੀ ਉੱਠ ਰਹੀ ਹੈ, ਬਾਹਰਲੇ ਮੁਲਕਾਂ ਵਿੱਚ ਜ਼ਰੂਰ ਪੀੜ ਹੈ, ਜਿਹੜੇ ਉੱਠਦੇ ਪਏ ਨੇ, ਆਵਾਜ਼ ਚੁੱਕਦੇ ਨੇ ਕਿ ਹਾਂ ਪੰਜਾਬ ਬਚਾ ਲਓ, ਉੱਠੋ ਅਸੀਂ ਮਾਇਆ ਰੋੜ ਦਿੰਦੇ ਹਾਂ, ਜਾਗੋ ਤਾਂ ਸਹੀ, ਤੁਰੋ ਤਾਂ ਸਹੀ। ਪਰ ਇੱਥੇ ਅਸੀਂ ਸੱਚੀ ਮੁੱਚੀ ਸਿਰਫ ਆਪਣੇ ਤੱਕ ਸੀਮਤ ਆ, ਮੇਰਾ ਟੱਬਰ, ਮੇਰੇ ਲਈ ਕੋਈ ਨਵੀਂ ਨੌਕਰੀ, ਤੇ ਅਸੀਂ ਸਿਆਸਤਦਾਨਾਂ ਅੱਗੇ ਵਿਕ ਜਾਂਦੇ ਹਾਂ। ਹਾਂਜੀ, ਸਾਡਾ ਗੁੱਟ ਪੂਰੇ ਦਾ ਪੂਰਾ ਅੰਦਰ ਖਾਤੇ ਤੁਹਾਡੇ ਨਾਲ, ਤੇ ਇਹੀ ਨੇ ਟ੍ਰੋਜਨ ਹਾਰਸਿਸ ਜਿਨ੍ਹਾਂ ਨੇ ਹਰ ਤਰ੍ਹਾਂ ਦੀ ਕ੍ਰਾਂਤੀ ਫੇਲ ਕੀਤੀ ਹੈ। ਬਿਲਕੁਲ, ਹੁਣ ਸਾਡੀ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ, ਇਹਨੂੰ ਫੇਲ ਕਰਨ ਦੀਆਂ ਵੀ ਤਾਂ ਪੂਰੀਆਂ ਜ਼ੋਰ ਜੁਗਲਬੰਦੀਆਂ ਹੋ ਰਹੀਆਂ ਨੇ ਜੀ। ਬਿਲਕੁਲ, ਇਸੇ ਤਰ੍ਹਾਂ ਹਰ ਕ੍ਰਾਂਤੀ ਦੇ ਵਿੱਚ ਵਾੜ ਦਿੱਤੇ ਜਾਂਦੇ ਨੇ ਆਪਣੇ ਬੰਦੇ, ਤੇ ਉਹੀ ਹਮੇਸ਼ਾ ਗੜਬੜੀ ਕਰਦੇ ਨੇ, ਤੇ ਅਖੀਰ ਢਾਹ ਲੱਗਦੀ ਹੈ ਜਿਹੜੇ ਵਿਚਾਰੇ ਸਿੱਧੇ ਸਾਦੇ ਮਜ਼ਦੂਰ ਸਾਰੇ ਆਪਣੇ ਕੰਮ ਕਾਰ ਦੇ ਵਿੱਚ ਕਿਰਤੀ ਲੱਗੇ, ਉਹਨਾਂ ਨੂੰ ਫਿਰ ਅਖੀਰ ਚ ਭੰਨ ਤੋੜ ਦਿੱਤਾ ਜਾਂਦਾ। ਅੱਜ ਵੀ ਬਹੁਤ ਸੌਖੇ ਤਰੀਕੇ ਇਹਨਾਂ ਨੇ ਕਿਸਾਨਾਂ ਦੇ ਵਿੱਚ ਵਾੜ ਕੇ ਆਪਣੇ ਬੰਦੇ ਤੇ ਖਰੂਦ ਕਰਨਗੇ, ਫਿਰ ਇਲਜ਼ਾਮ ਕਿਸਾਨਾਂ ਤੇ ਲਾ ਕੇ ਫਿਰ ਉਸੇ ਤਰ੍ਹਾਂ ਸਾਡੇ ਨੌਜਵਾਨ ਸਿਰਫ ਮਾਰ ਦਿੱਤੇ ਜਾਣਗੇ। ਕੋਈ ਵੱਡੀ ਗੱਲ ਨਹੀਂ, ਪਹਿਲਾਂ ਵੀ ਇਹੋ ਹੋਇਆ, ਪਰ ਸਾਡੇ ਇਹ ਸੁਪਨੇ ਜਿਉਂਦੇ ਰੱਖਣ ਲਈ ਇਸ ਵੇਲੇ ਲੋੜ ਹੈ ਕਿ ਪਹਿਲਾਂ ਪੰਜਾਬੀ ਜ਼ਬਾਨ ਸਾਂਭੀਏ, ਇਤਿਹਾਸ ਸਾਂਭੀਏ, ਫਿਰ ਖੇਤੀਬਾੜੀ ਚ ਤਬਦੀਲੀ ਲਿਆਈਏ, ਤਾਂ ਕਿ ਸਾਡਾ ਪਾਣੀ ਬਚ ਸਕੇ। ਬਹੁਤ ਚੀਜ਼ਾਂ ਨੇ ਸਾਡੇ ਕੋਲ ਜਿਹੜੀਆਂ ਅਸੀਂ ਯਾਨੀ ਇੱਥੇ ਹੀ ਕੌਰਨ ਪੈਦਾ ਕਰ ਸਕਦੇ ਹਾਂ, ਕੌਰਨ ਸਿਰਫ ਯਾਨੀ ਤੁਸੀਂ ਮੱਕੀ ਤੋਂ ਅਸੀਂ ਬੇਅੰਤ ਪੈਦਾ। ਪਰ ਗੱਲ ਤਾਂ ਉਹੀ, ਗੱਲ ਤਾਂ ਬਿਲਕੁਲ ਉਹੀ ਆ ਗਈ ਨਾ ਜੀ, ਮੱਕੀ ਪਿਛਲੇ ਸਾਲ 2500 ਸੀ, ਐਤਕੀ 1700 ਵਿਕੀ ਜਾਂਦੀ ਹੈ, ਗੱਲ ਉੱਥੇ ਆ ਕੇ ਵਿਚਾਰਾ ਕਿਸਾਨ ਮਾਰ ਖਾ ਜਾਂਦਾ। ਸੋ ਸਾਰੀਆਂ ਗੱਲਾਂ ਨੇ ਸਾਨੂੰ ਉਹੀ, ਤੁਸੀਂ ਬਿਲਕੁਲ, ਜਿਹੜੀ ਮੈਂ ਉੱਥੇ ਹੀ ਆ ਰਿਹਾ, ਸਟਰੋਂਗ ਕਰਨੀ ਪੈਣੀ ਹੈ ਜੀ। ਜਦ ਤੱਕ ਸਾਡੀ ਵਿਦਿਆ ਨਹੀਂ ਨਾ ਅਸੀਂ ਉੱਚ ਪੱਧਰੀ ਲੈਂਦੇ, ਸਾਡੇ ਨੌਜਵਾਨ IAS IPS ਜੱਜ ਇੱਧਰ ਬਣਨਗੇ, ਵਿਗਿਆਨੀ ਬਣਨਗੇ, ਉਹ ਦੱਸਣਗੇ ਅੱਗੋਂ ਵੀ ਅਸੀਂ ਤਬਦੀਲੀ ਕਿਵੇਂ ਲਿਆਉਣੀ ਹੈ, ਤੇ ਫਲਾਂ ਵੱਲ ਤੇ ਫੁੱਲਾਂ ਵੱਲ ਜ਼ੋਰ ਪਾਈਏ, ਉਹ ਪਾਸੇ ਬਹੁਤ ਜ਼ਰੂਰੀ ਨੇ, ਜਿਹੜੇ ਅਸੀਂ ਕੋਆਪਰੇਟਿਵ ਰਾਹੀਂ ਚੀਜ਼ਾਂ ਬਣਾ ਕੇ ਉੱਥੋਂ ਵੇਚੀਆਂ ਜਾਣਗੀਆਂ, ਉਹ ਵੀ ਕਿਸਾਨਾਂ ਨੂੰ ਆਪ ਪੂਰਨ ਰੂਪ ਵਿੱਚ ਉਹਨਾਂ ਨੂੰ ਯਾਨੀ ਸੁਰੱਖਿਅਤ ਕਰੀਏ, ਉਹਨਾਂ ਦੀ ਜਿਹੜੀ ਜਿਵੇਂ ਦੁਨੀਆਂ ਭਰ ਵਿੱਚ ਉਹਨਾਂ ਦੇ ਮੈਡੀਕਲ ਇੰਸ਼ੋਰੈਂਸ ਹੁੰਦੀ ਹੈ, ਅਸੀਂ ਕਰਦੇ ਹੀ ਕੁਝ ਨਹੀਂ, ਨਾ ਕਿਸਾਨ ਵੀਰਾਂ ਨੂੰ ਇਹਦਾ ਖਿਆਲ ਹੈ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਮੁਫ਼ਤ ਹੋਣੀ ਚਾਹੀਦੀ ਹੈ, ਮੈਡੀਕਲ ਇੰਸ਼ੋਰੈਂਸ ਹੋਣੀ ਚਾਹੀਦੀ, ਉਹ ਬਿਲਕੁਲ ਹੀ ਨਹੀਂ ਦਿੱਤੀ ਜਾ ਰਹੀ। ਸੋ ਬਹੁਤ ਸਾਰੇ ਪਾਸੇ ਨੇ ਜੇ ਅਸੀਂ ਵਾਕਈ ਪੰਜਾਬ ਬਚਾਉਣਾ ਜੇ ਤਾਂ ਇਜ਼ਰਾਈਲੀ ਮਾਡਲ ਇਨ ਬਿਨ ਲਾਗੂ ਕਰਨਾ ਪੈਣਾ ਜੀ। ਬਹੁਤ ਬਹੁਤ ਧੰਨਵਾਦ ਭੈਣ ਜੀ ਤੁਹਾਡਾ, ਸ਼ੁਕਰੀਆ, ਮਿਹਰਬਾਨੀ ਜੀ। ਸੋ ਬਿਲਕੁਲ ਜੀ, ਇਜ਼ਰਾਈਲੀ ਮਾਡਲ ਜਿਹੜਾ ਸਾਨੂੰ ਆਪਾਂ ਨੂੰ ਅਡੋਪਟ ਕਰਨਾ ਪਏਗਾ। ਸੋ ਹੁਣ ਸਮਾਂ
ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਸੋ ਬਹੁਤ ਬਹੁਤ ਮਿਹਰਬਾਨੀ। ਸੋ ਅੱਜ ਇੱਕ ਤੁਹਾਨੂੰ ਫਿਰ ਯਾਦ ਕਰਾ ਦਿਆਂ ਕਿ ਬੜੀ ਚਰਚਾ, ਬੜੇ ਵੀਰਾਂ ਦੇ ਫੋਨ ਆਏ ਕਿ ਸਾਡੀਆਂ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਨੇ ਪਠਾਨਕੋਟ, ਹੁਸ਼ਿਆਰਪੁਰ, ਟਾਂਡਾ, ਮਕੇਰੀਆਂ ਇੱਧਰ ਆ, ਕਿੱਥੋਂ ਕਿੱਥੋਂ ਤੱਕ ਦੀਆਂ ਗੱਲਾਂ ਆ ਗਈਆਂ ਕਿ ਇੱਥੋਂ ਤੱਕ ਵੀ ਆ ਗਈਆਂ ਵੀ ਚੌਂਕੀਆਂ ਬਣ ਗਈਆਂ, ਆਹ ਹੋ ਗਿਆ। ਉਸ ਸੰਬੰਧ ਦੇ ਵਿੱਚ ਅੱਜ ਅਸੀਂ ਇੱਕ ਛੋਟੀ ਜਿਹੀ ਰਿਪੋਰਟ ਜਿਹੜੀ ਹੈ ਮੇਰੀ ਅਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਕੰਦੂਖੜੇ ਗਏ ਸੀਗੇ ਉੱਥੋਂ ਕੀਤੀ ਹੈ ਵੀ ਐਡੇ ਸੁਖਾਲੇ ਨਹੀਂ ਇਲਾਕੇ ਤਬਦੀਲ ਕਰਨੇ, ਉਹ ਯੂਟਿਊਬ ਦੇ ਉੱਤੇ ਪਲੀਜ਼ ਜ਼ਰੂਰ ਦੇਖ ਲੈਣਾ। ਧੰਨਵਾਦ, ਮਿਹਰਬਾਨੀ।